बैठो जी, बैठो जी, बैठो। भाकड़ बिल्ला जी, अब मेरा मतलब जागर बिल्ला जी, ये सगी नाल परांदा जरूरी हुंदा? कोई जरूरी नहीं हुंदा। ते फिर हर वेले डूढ़ किलो का लोहा नाल चक्की फिरदे हो, और तुसी काका जी दे मुंह नूं छुआरा लाउणा ना के कोई खून वाला फुआरा चलाउणा। राम 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 राम, किहो जिहियां गल्लां करदे हो? ओए डरो ना पंडित जी, ये तां छुआरा लाउण तों बाद खुशी च फैर करन लई रख्या है। एहो जे हथियार तां जागर बिल्ले दी नेफे दी जूं है। पता तां उदे लगू जिदे नेफे च चल गया, ना उदे जूं लब्भणी है ते ना। राम 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 राम, किहो जिहियां गल्लां करदे हो? ओ कर लैंदे हो पंडित जी, खुशी दे मौके ते भंड मरासी एहो जिहियां कलोलां करदे ही हुंदे आ। मैं मरासी नहीं हैगा। मरी नैण दा मुंडा जी। हाँ, जे ये नैण दा मुंडा है फिर तां इहदी ड्यूटी बनदी है भाई पता करके दसे भी ब्याह वाला मुंडा कित्थे पहुंचा है। पंडित जी तुसी कर लो पता, जेहड़ी दूरबीन नाल धरती दे थल्ले 250 फुट मिठा पानी देख लैने हो, उहदे नाल इह भी देख लो काका जी कित्थे पहुंचे ने। किहो जिहियां गल्लां करदे हो? जा भज इत्थों। चल रहण दे, मैं चला भी जाणा सी जे घर च खुशी दा कारज ना हुंदा। ओह कारज तों याद आ गया, ओह घर च खुशी दा दिन है, जिन्ना चिर काका जी नहीं आउंदे पूनिया साहब मुंह मिठाई करा दिओ। ओए मुंह मिठा तां कदों दा हो जाणा सी जे डब च पिस्तौल दी थां ते मिठाई दा डब्बा लैके आउंदे। लो काका जी भी आ गए। देखा जिवे सिखा वाली डब्बी चो हाथी निकले आउंदा, पता तरह गड्डी दा अपनी सेहत मुताबक लै लै। पहना जीजा जी जिउंदा रह। ਸਤਿ ਸ਼੍ਰੀ ਅਕਾਲ ਡੈਡੀ। ਸਤਿ ਸ਼੍ਰੀ ਅਕਾਲ, ਕੀ ਹਾਲ ਆ? ਠੀਕ ਹੈ। ਇਹ ਕੌਣ ਨੇ? ਇਹ ਸਰਪ੍ਰਾਈਜ਼, ਮੈਂ ਕਿਹਾ ਨਹੀਂ ਸੀ ਫੋਨ ਤੇ ਸਰਪ੍ਰਾਈਜ਼ ਦੇਣਾ ਤੈਨੂੰ, ਇਹਨੇ ਬਿੱਲਾ ਜੀ। ਜਾਗਰ, ਤੁਸੀਂ ਇੱਕ ਦੂਜੇ ਨੂੰ ਮਿਲੇ ਹੋਏ ਹੋ? ਇਕੱਲੇ ਮਿਲੇ ਨਹੀਂ, ਕੋਲੇ ਵੀ ਆ। ਰਾਮ 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 ਰਾਮ, ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਲਓ ਇਹ ਤਾਂ ਪਹਿਲਾਂ ਹੀ ਕੋਲੇ ਮਿਲੇ ਨੇ। ਵੈਸੇ ਇਹ ਰਾਜਵੀਰ ਦੇ ਮਾਮਾ ਜੀ ਨੇ ਕੁੱਕੂ ਜੀ, ਇਹ ਹੈ ਮੇਰਾ ਬੇਟਾ ਰਾਜਵੀਰ ਤੇ ਇਹ ਨੇ। ਸਤਿ ਸ਼੍ਰੀ ਅਕਾਲ ਜੀ। ਇਹ ਗੁੱਡੀ ਕੌਣ? ਹੋਰ ਜੀਜਾ ਜੀ, ਅੱਜ ਕੱਲ੍ਹ ਤੁਹਾਡਾ BP ਠੀਕ ਰਹਿੰਦਾ? ਅਜੇ ਤੱਕ ਤਾਂ ਠੀਕ ਹੈ। ਰਾਜਵੀਰ ਮੈਂ ਕੁਛ ਪੁੱਛ ਰਿਹਾ, ਇਹ ਕੁੜੀ ਕੌਣ? ਇਹ ਤੁਹਾਡੇ ਲਈ ਸਰਪ੍ਰਾਈਜ਼ ਹੈ ਡੈਡੀ। ਜਿਹੜਾ ਸਰਪ੍ਰਾਈਜ਼ ਤੇਰੇ ਜੰਮਣ ਤੇ ਮੈਨੂੰ ਮਿਲਿਆ ਸੀ ਉਹਨੇ ਮੇਰੀਆਂ ਹਜੇ ਤੱਕ ਪੂੰਛਾਂ ਚਕਾਈਆਂ ਪਈਆਂ। ਰੱਬ ਦਾ ਵਾਸਤਾ ਮੈਨੂੰ ਕੋਈ ਹੋਰ ਨਵਾਂ ਸਰਪ੍ਰਾਈਜ਼ ਨਾ ਦੇ ਦੀ। ਮਾਮਾ ਜੀ ਦੱਸੋ। ਉਹ ਯਾਰ ਪਹਿਲਾਂ ਪਾਣੀ ਤਾਣੀ ਤਾਂ ਪੀ ਲਈਏ, ਫਿਰ ਬਹਿ ਕੇ ਆਰਾਮ ਨਾਲ ਦੱਸ ਦਾਂਗੇ। ਕਿਉਂ ਖੜਾ ਖੜਾ ਨਹੀਂ ਦੱਸ ਸਕਦਾ? ਜੀਜਾ ਜੀ ਤੁਹਾਨੂੰ ਪਤਾ ਤਾਂ ਹੈ ਮੈਂ ਤਾਂ ਬਾਲਾ ਚਿਰ ਖੜਿਆ ਨਹੀਂ ਜਾਂਦਾ। ਤੇ ਤੋਂ ਖੜਿਆ ਨਹੀਂ ਜਾਂਦਾ ਮੈਨੂੰ ਤੁਸੀਂ ਕਿਸੇ ਚ ਖੰਡ ਜੋਗਾ ਛੱਡਣਾ ਨਹੀਂ, ਕਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ? ਉਹ ਯਾਰ ਤੂੰ ਦੱਸਦਾ ਕਿਉਂ ਨਹੀਂ ਜੀਜਾ ਜੀ ਨੂੰ ਕਿ ਕੁੜੀ ਹੁਣ ਇੱਥੇ ਰਹੂਗੀ? ਇੱਥੇ ਰਹੂਗੀ? ਪਰ ਮੈਂ ਤਾਂ ਬਾਹਰ ਟੂਲੈਟ ਦਾ ਬੋਰਡ ਨਹੀਂ ਲਾਇਆ। ਨਹੀਂ ਡੈਡੀ ਤੁਸੀਂ PG ਸਮਝ ਗਏ, ਪੇਇੰਗ ਗੈਸਟ ਨਹੀਂ, ਇਹਨੂੰ ਹੁਣ ਤੁਸੀਂ ਪਰਮਾਨੈਂਟ ਗੈਸਟ ਹੀ ਸਮਝੋ। ਇਹ ਧਰਮਸ਼ਾਲਾ? ਚਲੋ ਛੱਡੋ ਜੀਜਾ ਜੀ, ਇਹੋ ਜਿਹੀਆਂ ਨਿੱਕੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ। ਇਹ ਨਿੱਕੀਆਂ ਗੱਲਾਂ ਨੇ? ਮੈਨੂੰ ਇਹ ਗੱਲਾਂ ਤੇਰੇ ਲੈਵਲ ਦੀਆਂ ਲੱਗਦੀਆਂ ਨੇ। ਕਿਉਂ ਸ਼ਰਮਿੰਦਾ ਕਰਦੇ ਹੋ? ਪਹਿਲਾਂ ਮੈਨੂੰ ਇਹ ਦੱਸੋ, ਇਹ ਜਾਗਰ ਇੱਥੇ ਕਾਹਤੇ ਆਇਆ? ਸਕਾਰਪੀਓ, ਮੈਂ ਤੇਰੀ ਗੱਡੀ ਨਹੀਂ ਪੁੱਛੀ, ਮੈਂ ਪੁੱਛਿਆ ਤੂੰ ਇੱਥੇ ਲੈਣ ਕੀ ਆਇਆ। ਮੈਂ ਲੈਣ ਨਹੀਂ, ਲਾਉਣ ਆਇਆ, ਮੂੰਹ ਨੂੰ ਛੁਆਰਾ। ਹਾਂ ਜੀਜਾ ਜੀ, ਤੁਸੀਂ ਤਾਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਦੂਜੀ ਵਾਰ ਘੋੜੀ ਨਹੀਂ ਚੜੋਗੇ। ਉਹ ਮੈਥੋਂ ਘੋੜੀ ਨਹੀਂ ਚੜਿਆ ਜਾਂਦਾ, ਤੂੰ ਮੈਨੂੰ ਘੋੜੀ ਚੜਾਉਣ ਦੀਆਂ ਗੱਲਾਂ ਕਰਦਾ? ਨਾ 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 ਨਾ, ਮੈਨੂੰ ਮੂਰਖ ਨਾ ਬਣਾਓ, ਸਾਰੀ ਦੁਨੀਆ ਨੂੰ ਪਤਾ ਕਿ ਤੁਹਾਨੂੰ ਘੋੜੀ ਚੜਨ ਦਾ ਇੰਨਾ ਭੋਸਾ ਕਿ ਤੁਹਾਨੂੰ ਫੜ ਫੜ ਲਾਉਣਾ ਪੈਂਦਾ। ਰਾਮ 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 ਰਾਮ, ਕਿਹੋ ਜਿਹੀਆਂ ਗੱਲਾਂ ਕਰਦੇ ਹੋ?